ਪੰਜਾਬ ਸਰਕਾਰ ਦੀ ਕਿਸਾਨ ਵਿਰੋਧੀ ਨੀਤੀਆਂ ਦੇ ਖਿਲਾਫ ਜ਼ਿਲ੍ਹਾ ਸੰਗਰੂਰ ਦੇ ਕਸਬਾ ਦੋਰਾਂਗਲਾ ਦੇ ਕਿਸਾਨ ਸੰਘਰਸ਼ ਮੋਰਚਾ ਦੇ ਵੱਲੋਂ ਪੰਜਾਬ ਸਰਕਾਰ ਦੇ ਫੈਸਲੇ, ਟਿਊਬਵੈੱਲਾਂ ਦੇ ਉੱਤੇ ਮੀਟਰ ਲਗਾਉਣ ਦੇ ਮਾਮਲੇ ਦੇ ਉੱਤੇ ਬਿਜਲੀ ਸਬਸਿਡੀ ਨਕਦ ਦੇਣ ਨੂੰ ਲੈ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ ਅਸੀਂ ਜਿਹੜਾ ਇਹ ਪ੍ਰੋਟੈਸਟ ਕੀਤਾ ਵਾ ਪੁਤਲਾ ਫੂਕਿਆ ਸਰਕਾਰ ਦਾ, ਕਿਉਂਕਿ ਜ਼ਿਮੀਦਾਰਾਂ ਕਈ ਬਹੁਤ ਘਾਟੇ ਚੱਲ ਗਿਆ ਵਾ। ਸਰਕਾਰ ਨਵੀਆਂ ਹੀ ਪਾਲਸੀਆਂ ਲੈ ਕੇ ਆਉਣ ਡਈ ਆ, ਜਿਹੜੇ ਮੀਟਰਾਂ ਦੇ ਮੋਟਰ ਖੇਤੀ ਮੋਟਰਾਂ ਦੇ ਉੱਤੇ ਜਿਹੜੇ ਮੀਟਰ ਲਾਉਂਦੇ ਆ ਉਹਦੇ ਉੱਤੇ ਸਾਨੂੰ ਪਤਾ ਇਹਨਾਂ ਮੁੜ ਕੇ ਬਾਅਦ ਦੇ ਵਿੱਚ ਸਾਡੇ 'ਤੇ ਬਿੱਲ ਲਾ ਦੇਣੇ ਆ। ਉਲਟਾ ਸਾਨੂੰ ਹੋਰ ਝਾਸੇ 'ਚ ਲੈਣ ਡੇ ਵੀ ਤੁਹਾਡੀਆਂ ਜਿਹੜੀਆਂ ਇਹ ਜਿਹੜੀ ਸਬਸਿਡੀ ਸਰਕਾਰ ਅਤੇ ਪਾਵਰਕੌਮ ਨੂੰ ਦਿੰਦੀ ਉਹ ਜੱਟਾਂ ਦੇ ਕਿਸਾਨਾਂ ਦੇ ਖਾਤਿਆਂ 'ਚ ਪਾਈ ਜਾਏਗੀ, ਜਦਕਿ ਸਰਾਸਰ ਝੂਠ ਆ। ਇਹ ਸਰਕਾਰ ਨੇ ਪਿਛਲੇ ਵਾਅਦੇ ਕੀਤੇ ਨਹੀਂ ਪੂਰੇ ਕੀਤੇ, ਕਰਜ਼ਾ ਇੱਦਾਂ ਕਿ ਕਿਸੇ ਕਿਸਾਨ ਦਾ ਸਾਡੇ ਇਲਾਕੇ 'ਚ ਮਾਫ਼ ਨਹੀਂ ਹੋਇਆ, ਅਗਾਂਹ ਵੀ ਇੱਦਾਂ ਹੀ ਹੋਣਾ ਵਾ। ਅਸੀਂ ਇਹ ਅੱਜ ਪ੍ਰੋਟੈਸਟ 'ਚ ਇਹ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਅਸੀਂ ਮੀਟਰ ਨਹੀਂ ਲੱਗਣ ਲਾਂਗੇ, ਭਾਵੇਂ ਸਾਡਾ ਕਿੰਨਾ ਵੀ ਨੁਕਸਾਨ ਹੋ ਜਾਵੇ, ਸਾਡੇ ਜਥੇਬੰਦੀ ਦਾ ਫੈਸਲਾ ਵਾ ਅਸੀਂ ਮੀਟਰ ਨਹੀਂ ਲੱਗਣ ਦਿਆਂਗੇ। ਆਪਾਂ ਅੱਜ ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ ਦੇ ਉੱਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਦੇ ਪਏ ਹਾਂ। ਜਿਹੜਾ ਪੰਜਾਬ ਸਰਕਾਰ ਨੇ ਕੈਬਨਿਟ ਦੇ ਵਿੱਚ ਫੈਸਲਾ ਲਿਆ ਆ ਕਿ ਆਪਾਂ ਖੇਤੀ ਮੋਟਰਾਂ ਦੇ ਉੱਤੇ ਮੀਟਰ ਲਾਉਣੇ ਨੇ, ਉਹ ਆਪਾਂ ਕਿਸੇ ਵੀ ਕੀਮਤ ਦੇ ਉੱਤੇ ਨਹੀਂ ਲੱਗਣ ਦੇਣੇ, ਉਹਦੇ ਵਾਸਤੇ ਸਾਨੂੰ ਜਿਹੜੀ ਕੁਰਬਾਨੀ ਪਈ ਕਰਨੀ ਪਈ ਆਪਾਂ ਕਰਾਂਗੇ। ਜਿਹੜਾ ਕੋਈ ਅਧਿਕਾਰੀ ਉੱਥੇ ਮੀਟਰ ਲਾਉਣ ਜਾਏਗਾ ਉਹਦੀ ਜਾਨ ਮਾਲ ਦਾ ਜ਼ਿੰਮੇਵਾਰ ਜਿਹੜੀ ਪੰਜਾਬ ਸਰਕਾਰ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।